ਹਲੋ ਫਰੈਂਡਸ ਕਿੱਦਾਂ ਏ ਸਾਰੇ ਨੂੰ ਸਤ ਸ੍ਰੀ ਅਕਾਲ ਆ ਤੇ ਆਪਣੇ ਯਾਰਾਂ ਮਿੱਤਰਾਂ ਦੀ ਫਰਮਾਇਸ਼ ਤੇ ਇੱਕ ਵੀਡੀਓ ਕਹਿੰਦੇ ਪੰਜਾਬੀ ਚ ਬਣਾ ਮੈਂ ਕਿਹਾ ਚਲੋ ਠੀਕ ਹੈ ਕਈਆਂ ਨੂੰ ਨਹੀਂ ਆਉਂਦੀ ਸਮਝ ਨਹੀਂਂਦੀ ਹਨਾ ਤੇ ਇੱਕ ਵੀਡੀਓ ਪੰਜਾਬੀ ਚ ਬਣਾਉਣ ਲੱਗਾ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਲਾਈਕ ਤੇ ਨੋਟੀਫਿਕੇਸ਼ਨ ਦਾ ਬਟਨ ਵੀ ਜਰੂਰ ਦਬਾ ਦਿਓ ਤੇ ਅੱਜ ਮੈਂ ਤੁਹਾਡੇ ਲੈ ਕੇ ਆਇਆ ਇੱਕ ਫਿਲਿਪਸ ਦਾ ਰਿਕਾਰਡ ਪਲੇਅਰ ਜਿਹਨੂੰ ਤਵੇ ਵਾਲੀ ਮਸ਼ੀਨ ਵੀ ਕਹਿੰਦੇ ਨੇ ਨਾਲ ਟਰਨ ਟੇਬਲ ਵੀ ਤੇ Philips ਦਾ high Q international ਜੋ ਕਿ ਮਾਡਲ ਹੈਗਾ ਤੇ ਪਲੀਜ਼ ਜੇਕਰ ਕਿਸੇ ਨੂੰ ਨਾ ਸਮਝ ਆ ਰਹੀ ਹੋਏ ਪੰਜਾਬੀ ਤੇ ਮੇਰੇ ਹਿੰਦੀ ਵਾਲੀ ਵੀਡੀਓ ਵੀ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਸ਼ੇਅਰ ਕੀਤਾ ਹੈ ਤੇ ਹਿੰਦੀ ਵੀਡੀਓ ਵੀ ਦੇਖ ਸਕਦੇ ਹੋ ਤਾਂ ਚਲੋ ਫਿਰ ਤੁਹਾਨੂੰ ਦੱਸਦੇ ਹਾਂ Philips ਦੇ ਕਾਰਡਵੇਅ ਦੇ ਬਾਰੇ ਕੁਝ ਚੀਜ਼ਾਂ ਆਹ ਦੇਖੋ ਜੀ ਮਿੱਤਰੋ ਆ ਹੈਗਾ Philips ਦਾ high Q international ਜੋ ਕਿ ਮਾਡਲ ਹੈ ਬਟ ਇਹਦਾ ਜਿਹੜਾ ਹੈਗਾ ਕਵਰ ਉਹ ਇਹਦੇ ਨਾਲ ਅਟੈਚ ਨਹੀਂ ਹੁੰਦਾ ਮਤਲਬ ਵੱਖਰਾ ਹੋ ਜਾਂਦਾ ਹੈ ਇਹਨੂੰ ਲਾ ਕੇ ਆਪਾਂ ਰੱਖ ਦਿੰਨੇ ਆ ਸਾਈਡ ਤੇ ਤੇ ਆਹ ਦੇਖੋ ਆਹ ਹੈਗੀ ਆ ਮਸ਼ੀਨ ਇੱਧਰ ਹੁੰਦਾ ਇਹਦਾ ਆਨ ਆਫ ਆਹ ਲਾਈਟ ਜਗਦੀ ਆ ਬੱਤੀ ਜੇ ਹਾਂ ਵੀ ਚੱਲਦਾ ਆ ਤੇ ਆਹ ਹੈਗਾ ਵੋਲਿਊਮ ਹਨਾ ਆਵਾਜ਼ ਘੱਟ ਵੱਧ ਕਰਨ ਲਈ ਤੇ ਆਹ ਧਮਕ ਜੀ ਧਮਕ ਵਧਾਉਣ ਲਈ ਤੇ ਆਹ ਟ੍ਰੈਵਲ ਜਿਹਨੂੰ ਸ਼ੰਕਾਰ ਜੀ ਕਹਿ ਦਿੰਦੇ ਨੇ ਇਹ ਆ ਬੈਲੈਂਸਰ ਲੈਫਟ ਸਾਈਡ ਤੇ ਆ ਰਾਈਟ ਸਾਈਡ ਦੋਵੇਂ ਸਪੀਕਰਾਂ ਦਾ ਵੱਖਰਾ ਵੱਖਰਾ ਜਿੱਦਾਂ ਚੈੱਕ ਕਰਨਾ ਹੋਵੇ ਤੇ ਇਹਦੇ ਵਿੱਚ ਆਪਾਂ ਟੇਪ ਵੀ ਕਰ ਸਕਦੇ ਆ ਮਤਲਬ ਇਨਪੁਟ ਦੇ ਸਕਦੇ ਆ ਤੇ ਟੇਪ 'ਚ ਪਿੱਛੇ ਇਨਪੁਟ ਦਾਂਗੇ ਤੇ ਇਹਨੂੰ ਟੇਪ ਤੇ ਸਿਲੈਕਟ ਕਰਨਾ ਪਊਗਾ ਆ ਦੇਖੋ ਤੇ ਜੇ ਦੇਾਂਗੇ ਟਿਊਨਰ ਦੀ ਫਿਰ ਇਹਨੂੰ ਟਿਊਨਰ 'ਚ ਸਿਲੈਕਟ ਕਰਨਾ ਪਏਗਾ ਤੇ ਅਹੀਂ ਕਰਨਾ ਆ ਰਿਕਾਰਡ ਪਲੇਅਰ ਕਿਉਂਕਿ ਇਹਦੇ ਵਿੱਚ ਹੈਗਾ ਐਂਪਲੀਫਾਇਰ ਵੀ ਇਨੇਬਿਲਿਟੀ ਹੁੰਦਾ ਜਿੱਦਾਂ ਇਹਦੇ ਵਿੱਚ ਹੀ ਹੁੰਦਾ ਆ ਵੱਖਰੇ ਤੋਂ ਨਹੀਂ ਲਾਉਣਾ ਪੈਂਦਾ ਸਾਨੂੰ ਵੱਖ ਤੋਂ ਨਹੀਂ ਲਾਉਣਾ ਪੈਂਦਾ ਤੇ ਆਹ ਦੇਖੋ ਇਹਦੇ ਵਿੱਚ ਹੁੰਦੀਆਂ ਤਿੰਨ ਸਪੀਡਾਂ ਆਹ ਦੇਖੋ ਇੱਕ ਹੁੰਦੀ ਆ 33 1 45 ਤੇ 78 ਆਹ ਦੇਖੋ 33 45 ਤੇ 78 ਤੇ ਜਿਹੜੀ ਆਹ ਸੂਈ ਲੱਗਦੀ ਆ ਇਹਨੂੰ ਸੂਈ ਵੀ ਕਹਿ ਦਿੰਦੇ ਆ ਕਾਰਟਰੀਜ ਵੀ ਤੇ ਨੀਡਲ ਵੀ ਇਹ ਸੈਰਾਮਿਕ ਲੱਗਦੀ ਆ ਸੈਰਾਮਿਕ ਕਾਰਟਰੀਜ ਤੇ ਬਾਕੀ ਤੁਹਾਨੂੰ ਹੁਣ ਦਿਖਾ ਦਿੰਨੇ ਆ ਆ ਦੇਖੋ ਆ ਹੁੰਦਾ ਛੋਟਾ ਰਿਕਾਰਡ ਈਪੀ ਜਿਹਨੂੰ ਕਹਿੰਦੇ ਨੇ ਇਹਦੇ ਵਿੱਚ ਹੁੰਦੇ ਇੱਕ ਜਾਂ ਦੋ ਗਾਣੇ ਇਧਰਲੇ ਬੰਨੇ ਵੀ ਤੇ ਇਧਰਲੇ ਬੰਨੇ ਵੀ ਦੋਵੇਂ ਸਾਈਡ ਹਨਾ ਤੇ ਆ ਆ ਹੁੰਦਾ ਐਲਪੀ ਇਹਦੇ ਵਿੱਚ ਆ ਦੇਖੋ ਜਿਵੇਂ ਵੇਥੋਂ ਦੀ ਹਨਾ ਤੁਹਾਨੂੰ ਦਿਖਾਉਣਾ ਆ ਇੱਥੋਂ ਲੈ ਕੇ ਇੱਥੇ ਤੱਕ ਇੱਕ ਗਾਣਾ ਆ ਉਸ ਤੋਂ ਬਾਅਦ ਦੂਜਾ ਫਿਰ ਤੀਜਾ ਆ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦਾ ਜਿਹਨਾਂ ਨੂੰ ਪਤਾ ਚੰਗੀ ਗੱਲ ਆ ਚਲੋ ਤੇ ਆ ਆ ਦੇਖੋ ਹੁਣ ਹਾਂ ਪਰ ਘਾੜ ਕਰਦੇ ਆ ਪਲੇ ਹੁਣ ਆ ਇੱਥੋਂ ਦੀ ਹੁਣ ਆ ਸਟਾਰਟ ਹਾਂ ਸਟਾਰਟ ਕਰਤਾ ਤੇ ਆ ਜਿਵੇਂ ਇੱਥੇ ਆਪਾਂ ਚਲਾਉਣਾ ਆ ਇੱਥੇ ਰੱਖਿਆ ਤੇ ਇਹਨੂੰ ਨੀਡਲ ਨੂੰ ਆ ਲਿਫਟ ਹੁੰਦੀ ਐ ਇਹਨੂੰ ਥੱਲੇ ਕਰ ਲਓ ਹਾਂ ਹੈਗਾ 78 ਦੇ ਹੁਣ ਤੇ ਰਕਾਰਡ ਹੈਗਾ 33 ਦਾ ਤੇ ਹੁਣ ਆਪਾਂ ਕਰਦੇ ਆ ਇਹਨੂੰ 45 ਤੇ ਪੋਰਟੀ ਵਾਇਰ ਜੇ ਥੋੜਾ ਘੱਟ ਹੋ ਗਿਆ ਹੋਰ ਹਾਂ ਹੈਗਾ 33 ਹੈ ਗਈ ਇਹਦੀ origignal speed ਬਾਕੀ ਜੇ ਇਹਨੂੰ ਫਿਰ ਰੋਕਣਾ ਹੋਵੇ ਜ਼ਰੂਰ ਚੱਕ ਦੋ ਤੇ ਇੱਥੇ ਰੱਖ ਦੋ ਇਹ ਲੋਕ ਹੋ ਜਾਂਦਾ ਆਮ ਲੋਕ ਹੋ ਜਾਂਦੀ ਇੱਥੇ ਹੈਨਾ ਤੇ ਇਹਨੂੰ ਕਰ ਦੋ ਆਫ ਆ ਦੇਖੋ ਹੁਣ ਇਹਦੇ ਤੁਹਾਨੂੰ ਮੈਂ ਕਨੈਕਸ਼ਨ ਦਿਖਾ ਦਿੰਨਾ ਆਹ ਦੇਖੋ ਜੀ ਆਹ ਇਹਨੂੰ ਪੁਰਾਣੇ ਵਾਲੀ ਲੱਗਦੀ ਸੀ ਜਿਵੇਂ ਆਹ ਦੇਖੋ ਹੁਣ ਤੇ ਸਪੀਕਰਾਂ ਵਾ ਦੋ ਤਾਰਾਂ ਲੱਗਦੀਆਂ ਨਾ ਪਹਿਲਾਂ ਇਦਾਂ ਲੱਗਦੇ ਹੁੰਦੇ ਇਹਨੂੰ ਦੋ ਸਪੀਕਰ ਲੱਗ ਜਣੇ ਆ ਤੇ ਇੱਥੇ ਜਿਹੜਾ ਹੈਗਾ ਇੱਥੇ ਟੇਪ ਦਾ ਤੇ ਇੱਥੇ ਟਿਊਨਰ ਦਾ ਸੋਚਾ ਜੇ ਇਹਦੀ ਲੱਕੜ ਦੀ ਬੋਡੀ ਆ ਹਨਾ ਆਲੇ ਦੁਆਲੇ ਤੇ ਬਾਕੀ ਸਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਆ ਹੁਣ ਤੇ ਜੇ ਅਗਰ ਤੁਹਾਨੂੰ ਇਹ ਚਾਹੀਦਾ ਹੋਵੇ ਜਿਵੇਂ ਪੁਰਾਣੀ ਕੋਈ ਮਸ਼ੀਨ ਮਚੂਨ ਚਾਹੀਦੀ ਹੋਵੇ ਤੇ ਉਹ ਮਿਲ ਜੇਗੀ 4-5000 ਤੱਕ ਦੀ ਤੇ ਜੇ ਨਵੀਂ ਚਾਹੀਦੀ ਹੈ ਉਹ ਮਿਲੇਗੀ 8-9000 ਦੀ ਤੇ ਜੇ ਤੁਹਾਨੂੰ ਚਾਹੀਦੀ ਆ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਹਨਾ ਤੇ ਜੇ ਕਿਸੇ ਨੇ ਵੇਚਣੀ ਪੁੱਛਣੀ ਹੋਵੇ ਉਹ ਵੀ ਕਰ ਸਕਦੇ ਆ ਬਾਕੀ ਜੇ ਕਿਸੇ ਨੇ ਸਲਾਹ ਸੁਣਨੀ ਹੋਵੇ ਕਮੈਂਟ ਵੀ ਕਰ ਸਕਦੇ ਨੇ ਤੇ ਆਪਣਾ ਚੈਨਲ ਜਰੂਰ ਸ਼ੇਅਰ ਕਰਦੇ ਹੋ ਹਣਾ ਆਪਣੇ ਪੰਜਾਬੀ ਬਾਈ ਦਾ ਘਰੀ ਦੇਣਗੇ ਸ਼ਕੀਨ ਬੰਦੇ ਜਿਹੜੇ ਉਹਨਾਂ ਨੂੰ ਤਾਂ ਪਤਾ ਹੀ ਆ ਕੀ ਚੀਜ਼ ਆ ਤੇ ਬਾਕੀ ਲਾਈਕ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਨੋਟੀਫਿਕੇਸ਼ਨ ਦੇ ਲਈ ਬੈਲ ਦਾ ਆਈਕਨ ਵੀ ਜਰੂਰ ਦਬਾ ਦਿਓ ਹਣਾ ਚੰਗਾ ਫਿਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ